ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਹੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਹੈ ਕਿ ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਵੀਰਾਂ ਭਰਾਵਾਂ ਤੇ ਸੱਜਣ ਮਿਲਦਾ ਰਹੇ। ਜਿਵੇਂ ਕਿ ਵੀਰਾਂ ਨੂੰ ਪਤਾ ਹੈ, ਵੀਰਾਂ ਵਾਸਤੇ ਨੀਲੀ ਦੇ ਜਾਨਵਰ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ ਔਰ ਨੀਲੀ ਦੀਆਂ ਮਈ ਨੀਲੀ ਬਾਰ ਵਿੱਚ ਫਿਰ ਕੇ ਵੀਰਾਂ ਵਾਸਤੇ ਮਿਹਨਤ ਕਰਨੇ ਹੈ। ਬਲੋ ਬਲੀਦਾਨ ਤਾਂ ਕੋਈ ਨਹੀਂ, ਲੋਕੀ ਬੜੀਆਂ ਗੱਲਾਂ ਕਰਦੇ ਨੇ, ਲੋਕਿਆਂ ਨੂੰ ਬੜੇ ਚਮੂਣੇ ਲੜਦੇ ਨੇ ਕਿ ਯਾਰ ਜੇ ਹੋ ਗਿਆ ਵੋ ਹੋ ਗਿਆ। ਚਮੂਣਿਆਂ ਵਾਲੇ ਵਾਸਤੇ ਜਨਾਬ ਲੰਮੀਆਂ ਗੱਲਾਂ ਨਹੀਂ, ਸਿਰਫ ਇੱਕੋ ਹੀ ਹੈ ਕਿ ਜਨਾਬ ਮੈਂ ਦਿਲ ਨਹੀਂ ਕਰਦਾ ਕੁਛ ਕਹਿਣ ਨੂੰ, ਬਸ ਇਹ ਹੈ ਕਿ ਚਮੂਣੇ ਜਿਹੜੇ ਲੜ ਰਹੇ ਨੇ ਉਹਨਾਂ ਨੂੰ ਚਮੂਣੇ ਲੜਨੇ ਚਾਹੀਦੇ ਨੇ ਔਰ ਚਮੂਣੇ ਜਿਹੜੇ ਨੇ ਇੱਕੋ ਦਿਨ 'ਚ ਇਨਸ਼ਾਅੱਲਾ ਤੁਹਾਨੂੰ ਨਿਲਜ਼ਾਨ ਪਵਾ ਕੇ ਹਟਾ ਦੇਵਾਂਗੇ। ਇਨਸਾਨ ਬਣ ਜਾਓ, ਬੰਦੇ ਦੇ ਪੁੱਤਰ ਬਣ ਜਾਓ, ਲੜਨੇ ਦੇਣੇ ਬਾਕੀ ਮੁਕੱਦਰ ਨੇ। ਇਹ ਜਨਾਬ ਮੱਝ ਏ, ਸੁਬਹਾ ਤੀਜਾ ਹੈ, ਮਗਰ ਜਨਾਬ ਇਹਦੇ ਕੱਟੀਏ ਜਾਂ ਕੱਟਾ ਹੈ, ਦੋ ਦਿਨ ਦੀ ਜਨਾਬ ਮੱਝ ਸੂਈਏ, ਅੱਲਾ ਦੇ ਫਜ਼ਲ ਓ ਕਰਮ ਨਾਲ ਲੈਣੇ ਦੇਣੇ ਮੁਕੱਦਰ ਨੇ। ਆਪਣਾ ਦੇਸ਼ ਪੰਜਾਬ ਟੀਵੀ ਨੇ ਹਮੇਸ਼ਾ ਨੀਲੀ ਬਾਰ ਦੇ ਖੂਬਸੂਰਤ ਔਰ ਬਿਹਤਰੀਨ ਜਾਨਵਰ ਦਿਖਾਏ ਨੇ। ਨੀਲੀ ਬਾਰ ਦੇ ਜਨਾਬ ਮੱਝ ਖੜੀਏ, ਸੁਬਹਾ ਤੀਜਾ ਹੈ, ਰੇਟ ਮਕੂਲ ਏ, ਮੁਨਾਸਿਬ ਮੁੱਲਾਂ ਵਿੱਚ ਮੱਝ ਏ। ਇਸ ਟਾਈਮ ਮੱਝ ਦੇ ਕੋਲ ਜਿਹੜਾ ਦੁੱਧ ਏ ਉਹ ਤਕਰੀਬਨ ਦੋ ਜਾਂ ਤਿੰਨ ਦਿਨ ਦੀ ਮੱਝ ਸੂਈ ਏ, ਤਕਰੀਬਨ 10 ਤੋਂ 12 ਕਿਲੋ ਦੁੱਧ ਇਸ ਦੇ ਮੌਜੂਦ ਏ। ਕੋਈ ਮਸਲੇ ਵਾਲੀ ਗੱਲ ਨਹੀਂ, ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ। ਡੇਢੀ ਵਾਲਾ ਥਣ ਲੱਗਿਆ ਮੈਂ ਇਹਨੂੰ, ਨਸਲੀ ਮੈਂ ਪੂਰੀ ਏ, ਖਾਨਦਾਨੀ ਮੈਂ ਪੂਰੀ ਏ, ਕਾਲੀ ਸ਼ਾਹ ਇੱਕੋ ਰੰਗ ਦੀ ਜਨਾਬ ਜੋਟੀ ਜਾਂ ਮੱਝ। ਤੁਸੀਂ ਤਸੱਲੀ ਨਾਲ ਦੇਖਣੀ ਏ ਮੱਝ ਦੇ ਪੂਰੇ ਜਿੱਥੇ ਮਰਜ਼ੀ ਬੰਨ ਸਹੀ ਕੱਟਾ ਬੰਨੇਗਾ ਤੇ ਫਿਰ ਉਹਦੇ ਨਾਲ ਇਹ ਹੈ ਕਿ ਮੈਂ ਆਰਾਮ ਨਾਲ ਖਲੋਤੀ ਰਹੇਗੀ। ਮੈਂ ਉਹਨੂੰ ਸੁਬਹਾ ਤੀਸਰਾ ਸਿਰ ਪਿੱਛੇ ਜਾ ਕੇ ਕੁੰਡਾ ਕਰਦੀ ਹੈ ਨੀਲੀ ਦੀ, ਮੈਂ ਕੋਈ ਧੁੰਨੀ ਕੌਲੀ ਦਾ ਕਿਸੇ ਪਾਸੋਂ ਮੈਂ ਇਹਨੂੰ ਨਿਸ਼ਾਨ ਕੋਈ ਨਹੀਂ। ਬੜਾ ਖੂਬਸੂਰਤ ਥਣ ਲੱਗਿਆ ਮੱਝ ਨੂੰ, ਸੋਹਣਾ ਅਡਰ ਏ, ਰੁਗ ਰੁਗ ਦਾ ਡੇਢੀ ਵਾਲਾ ਥਣ ਔਰ ਮਾਸ਼ਾਅੱਲਾ ਚੰਗਾ ਸੋਹਣਾ ਸੁਥਰਾ ਵਾਨਾ ਹੈ। ਰੇਟ ਇੰਤਹਾਈ ਮਕੂਲ ਔਰ ਮੁਨਾਸਿਬ ਕਰਾਂਗੇ, ਪੂਰੀ ਬਰੀਕ ਏ, ਟਿਸ਼ੂ ਪੇਪਰ ਵਰਗਾ ਜਨਾਬ ਜਾਨਵਰ ਏ, ਨੀਲੀ ਦੀ ਮੈਂ ਦਰਾਏ 7 ਲੋਜ ਦੇ ਵਿੱਚ ਫਿਰਨਾ ਹੈ। ਬਾਹਰ ਦੇ ਵਿੱਚ ਸਾਰੀ ਦਿਹਾੜੀ ਲੱਭ ਕੇ ਦੇ ਮੱਝ ਲੱਭੀਏ, ਚੰਗੀਆਂ ਚੰਗੀਆਂ ਦੇ ਮੁੱਲ ਹੋਰ ਨੇ। ਮੈਂ ਨਾ ਮੈਂ ਤਾਂ ਇਹ ਲਾਉਣਾ, ਸਾਰੇ ਬੇਲੀ ਕਹਿੰਦੇ ਕੋਈ ਚੰਗੀ ਦਾ ਵੀ ਸ਼ੌਕ ਕਰਵਾਓ, ਭਾਈ ਇਸਲਾਮ ਜੱਟ ਸਾਹਿਬ ਫਰਮਾ ਰਹੇ ਸਨ ਕਿ ਚੰਗੀ ਮੈਂ ਦਾ ਵੀ ਸ਼ੌਕ ਕਰਵਾਓ। ਉਹਨਾਂ ਨੂੰ ਇਹ ਹੈ ਕਿ ਚੰਗੀਆਂ ਦੇ ਪੈਸੇ ਭਰਨ ਲੱਗਿਆਂ ਬੰਦੇ ਜਨਾਬ ਗੱਲਾਂ ਕਰਦੇ ਨੇ, ਜੇ ਰੂਟੀਨ ਵਾਲੀ ਜਿਹੜੀ ਮਹੀਂ ਨੇ ਉਹ ਵਿਕਦੀਆਂ ਵੀ ਪਈਆਂ ਨੇ ਔਰ ਵੇਚਣੀਆਂ ਵੀ ਚਾਹੀਦੀਆਂ ਨੇ। ਬਾਕੀ ਚੰਗੀ ਜਦੋਂ ਆਏਗੀ ਇਨਸ਼ਾਅੱਲਾ ਚੰਗੀ ਦਾ ਵੀ ਸ਼ੌਕ ਕਰਾਉਣੇ ਹੈ, ਚੰਗੀਆਂ ਚੰਗੀਆਂ ਦਾ ਵੀ ਸ਼ੌਕ ਕਰਾਈਦਾ, ਕੋਈ ਐਸੀ ਗੱਲ ਨਹੀਂ ਹੈ। ਲੈਣੇ ਦੇਣੇ ਬਾਕੀ ਮੁਕੱਦਰ ਨੇ। ਆਪਣਾ ਦੇਸ਼ ਪੰਜਾਬ ਟੀਵੀ ਨੇ ਹਮੇਸ਼ਾ ਅੱਛੇ ਜਾਨਵਰ ਨੀਲੀ ਦੇ ਵੀਰਾਂ ਦੇ ਨਾਲ ਸ਼ੌਕ ਕਰਵਾਇਆ ਔਰ ਅਸੀਂ ਸ਼ੌਕ ਹਮੇਸ਼ਾ ਸ਼ੌਕ ਦੀ ਹੱਦ ਤੱਕ ਔਰ ਜਨਾਬ ਲੈਣ ਦੇਣ ਦੀ ਹੱਦ ਤੱਕ ਕਰਾਉਣੇ ਹੈ। ਬਾਕੀ ਇਹ ਨਹੀਂ ਹੈ ਕਿ ਜਨਾਬ ਚੀਜ਼ ਹੋਰ ਹੋਵੇ ਦੱਸੀਏ, ਹੋਰ ਕਰੀਏ, ਹੋਰ ਕਿਸੇ ਬਿਆਨਾ ਖਾ ਜੀ ਵਾਧੇ ਘਾਟੇ ਕਰ ਜੀਏ, ਜਾਂ ਕੰਮ ਨਾ ਕਦੇ ਕੀਤਾ ਔਰ ਇਨਸ਼ਾਅੱਲਾ ਨਾ ਅਸੀਂ ਕਦੇ ਕਰਨਾ ਤੇ ਨਾ ਸਾਨੂੰ ਰੱਬ ਇਹ ਜਾਂ ਖਵਾਵੇ। ਮੈਂ ਜੀ ਪੂਰੀ ਫਿਜ਼ੀਕਲ ਰਿਪੋਰਟ ਵੀਰਾਂ ਨੂੰ ਦੇ ਰਿਹਾ, ਥਣ ਚੰਗਾ, ਬਾਡੀ ਚੰਗੀ, ਕੱਦ ਦਰਮਿਆਨਾ, ਖੂਬਸੂਰਤ, ਸ਼ਾਹ ਕਾਲੀ ਮੁਸ਼ਕਣ, ਇੱਕੋ ਰੰਗ ਦੀ ਨੀਲੀ ਦੀ ਜਨਾਬ ਮੱਝੇ। ਲੈਣੇ ਦੇਣੇ ਬਾਕੀ ਮੁਕੱਦਰ ਨੇ ਔਰ ਇਨਸ਼ਾਅੱਲਾ ਵੀਰਾਂ ਵਾਸਤੇ ਤੋਹਫੇ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ। ਸਿਆਦ ਥੋੜ੍ਹੇ ਮੈਂ ਨੋਗਾ ਲਿਆ ਅਤੇ ਤਾਂ ਕਿ ਕੱਟੇ ਦੇ ਉੱਤੇ ਵਿਖੜ ਜਾਵੇ, ਅੱਗੇ ਕੱਟਾ ਥੱਲੇ ਲੱਗ ਗਿਆ ਤਾਂ ਬਣਾਈ। ਮਾਸ਼ਾਅੱਲਾ ਮਾਸ਼ਾਅੱਲਾ, ਸੋਹਣਾ ਹਵਾਨਾ, ਸੁਥਰਾ, ਰੇਟ ਵੀ ਇਨਸ਼ਾਅੱਲਾ ਮਕਬੂਲ ਕਰਾਂਗੇ, ਮੁਨਾਸਬ ਤਰੀਨ ਕਰਾਂਗੇ। ਪਿੱਛੇ ਕੱਟਾ ਹੈ, ਦੁੱਧ ਚੰਗਾ, ਤੁਸੀਂ ਛੱਟੇ ਫੁਆਰੇ ਦੀ ਗਰੰਟੀ ਹੈ ਦੁੱਧ, ਤੁਸੀਂ ਆਪਣੇ ਫਿਰ ਵੀ ਮੈਂ ਕਹਿੰਦਾ ਉਹਨਾਂ ਤੋਂ ਤੁਸੀਂ ਆਪਣੇ ਹਿਸਾਬ ਕਿਤਾਬ ਦਾ ਜਨਾਬ ਲੈਣਾ,
ਔਰ ਇਨਸ਼ਾਅੱਲਾ ਦੁੱਧ ਪਾਏਦਾ, ਮੈਂ ਚੰਗੀ ਹੈ, ਨਸਲੋਂ ਚੰਗੀ ਹੈ, ਖਾਨਦਾਨੋਂ ਚੰਗੀ ਹੈ, ਬਾਕੀ ਮੁਕੱਦਰ ਨੇ, ਮੁਕੱਦਰ ਯਾਨ ਸੀ। ਪਿਆਜ਼ ਲੈ ਆ ਵੀ, ਆ ਜਾ ਛੱਡ ਦੇ ਉਸ ਨੂੰ ਨੀਚੇ ਜਾਣ, ਇੱਥੇ ਛਾਂ ਤੇ ਆ ਜਾ, ਮੈਂ ਛੱਡ ਜਾਂਦੀ ਇਹ ਮਹੀਂ ਦੇ ਨੀਲੀ ਦੇ ਮਹੀਂ ਸਖ ਬੋਲੀ ਕਿ ਨਹੀਂ ਰਿੰਗੀ ਕਿ ਨਾ ਰਿੰਗਦੀ ਇਹ ਇਹ ਮਹੀਂ ਦੇ ਹੁਸਨ ਨੇ ਨੀਲੀ ਦੇ ਮਹੀਂ ਅੱਗੇ ਬੱਚਾ ਮੂੰਹ ਮਾਰਿਆ ਤੇ ਮੈਂ ਪਸ ਜੀ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਕੀ ਹਾਲ ਚਾਲ ਜੀ? ਠੀਕ ਠਾਕ ਜੀ ਭਾਈ, ਫਿਆ ਸਿਹਤ ਵੀ ਠੀਕ ਹੈ ਸ਼ੁਕਰ ਅੱਲਾ ਦਾ। ਕਿੰਨੇ ਸਵੇ ਮੱਝ? ਮੈਂ ਤੀਸਰੇ ਸਵੇ। ਤੀਸਰੇ ਸਵੇ ਕਦੋਂ ਸੋਈ? ਦੋ ਤਿੰਨ ਦਿਨ ਹੋ ਗਏ। ਦੋ ਤਿੰਨ ਦਿਨ ਹੋ ਗਏ, 12 ਹੈ ਕਿ 10-11 ਸਿਰ? ਬਿਲਕੁਲ ਦੋਵਾਂ ਟਾਈਮਾਂ ਦੀ ਅੱਲਾ ਦੁਖਾ ਕੋ ਛੱਟਾ ਫੁਆਰਾ ਗੰਢ ਮਰੋੜੀ ਆਪਣੀ ਗਾਰੰਟੀ ਹਰ ਸ਼ਾਇਦ ਬਿਲਕੁਲ ਮੁਹੱਬਤ ਪਿਆਰ ਵਾਲਾ ਬਿਸਮਿਲਾ ਕਰਕੇ ਮਕੂਲ ਜਾਂ ਮੁੱਲ ਲੰਮੀ ਛੋਟੀ ਪੰਡਾ ਨਹੀਂ ਜਿੰਦੇ 'ਚ ਬਸ ਐਵੇਂ ਆਈਆਂ ਵੱਡੀ ਬਰੀ ਨੱਪਦੀ ਮੁੱਲ ਦਿੰਦਾ ਬੜਾ ਹਾ, ਲੇਕਿਨ ਹੁਣ ਮਜਬੂਰੀ ਹੈ ਤਾਂ ਪਿਆਰ ਮੁਹੱਬਤ ਨਾਲ ਕਰਸਾਂ। ਪਿਆਰ ਨਾਲ 4 ਲੱਖ ਤੱਕ ਨਿਕਲ ਕਰ ਪੱਕੀ ਕਰ ਇੱਕ ਵਾਰੀ ਯਾਰ, ਬਾਰ ਬਾਰ ਚੱਸਾ ਨਾ ਪਵਾ, ਇੱਕ ਵਾਰੀ ਕਰ ਦੇ ਕਲੀਅਰ ਕਰ ਦੇ ਕਲੀਅਰ ਕਰ 4,60,000 4,60,000 ਕੋਈ ਬਰਾਬੂ ਹੋਏ ਤਾਂ ਐਚਾ ਪਾਣੀ ਹੋ ਜਾਏਗਾ। ਉਹਦੇ ਵਿੱਚ ਵੀ ਲਾਡ ਪਿਆਰ ਮੁਨਾਸਬ ਜਿਹਾ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਲੰਮਾ ਚੌੜਾ ਕੰਮ ਕੋਈ ਨੀ, ਵੀਡੀਓ ਲੱਗੀ ਅੱਛੀ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਤੇ ਕਮੈਂਟ, ਔਰ ਆਪਣੀ ਰਾਏ ਨਾਲ ਸਾਨੂੰ ਕਰਨਾ ਜ਼ਰੂਰ ਹੈਗਾ। ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਹਮੇਸ਼ਾ ਜ਼ਿੰਦਾਬਾਦ।